ਐਕਚੁਅਲ ਕੀ ਹੈ, ਲੇਡੀ ਦੇ ਨਾਲ ਕੋਈ ਖੁੰਦਕ ਸੀ ਉਹਨਾਂ ਦੀ ਜਿਹਨਾਂ ਨੇ ਵਾਰ ਕੀਤਾ? ਮੁੰਡਿਆਂ ਰੋਕਿਆ ਜੀ ਮੋਟਰਸਾਈਕਲ, ਲੇਡੀਜ਼ ਨਾਲ ਹੱਥਾਪਾਈ ਕੀਤੀ ਪਹਿਲਾਂ ਉਹਨੂੰ ਮੁੰਡਾ ਲੇਡੀ ਦੇ ਨਾਲ, ਹਾਂਜੀ, ਕਿਉਂਕਿ ਗਲਤ ਰਿਲੇਸ਼ਨ ਸੀ ਜੀ ਉਹ ਕੁੜੀ ਉਹਨਾਂ ਮੁੰਡਿਆਂ ਨਾਲ। ਕਿੰਨੇ ਵਾਰ ਕੀਤੇ? ਇੱਕ ਵਾਰ ਕੀਤਾ ਉਸ ਟਾਈਮ, ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੁੰਡਿਆਂ ਨੂੰ ਚੱਕੂ ਮਾਰਿਆ ਜੀ ਉਹਦੇ। ਲੇਡੀ ਦਾ ਇਹਦਾ ਰੋਲ ਆ ਰਿਹਾ ਸਾਹਮਣੇ ਕਿ ਲੇਡੀ ਵੀ? ਹਾਂਜੀ ਹਾਂਜੀ, ਸਭ ਤੋਂ ਵੱਡਾ ਰੋਲ ਹੈ ਜੀ। ਕਰੀਬ 40 ਸਾਲ ਦੇ ਵਿਅਕਤੀ ਦਾ ਮਰਡਰ ਹੋਇਆ ਬੜੀ ਬੇਰਹਿਮੀ ਦੇ ਨਾਲ, ਚਾਕੂਆਂ ਦੇ ਨਾਲ ਗੋਦ ਕੇ ਉਹਦਾ ਮਰਡਰ ਕੀਤਾ ਗਿਆ। ਹਾਲਾਂਕਿ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ। ਕੀ ਹੋਇਆ, ਕੀ ਸੀ ਐਕਚੁਅਲ ਉਸ ਟਾਈਮ ਦੀ ਸਿਚੁਏਸ਼ਨ ਕੀ ਸੀ? ਕਿਉਂਕਿ ਦੱਸਿਆ ਜਾ ਰਿਹਾ ਕਿ ਆਪਣੀ ਡਿਊਟੀ ਤੇ ਜਾ ਰਿਹਾ ਸੀ ਬਤੌਰ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਕਰਮਜੀਤ, ਤੇ ਆਪਣੀ ਰਿਸ਼ਤੇਦਾਰ ਮਹਿਲਾ ਨੂੰ ਲੈ ਕੇ ਉੱਥੇ ਜਾ ਰਿਹਾ ਸੀਗਾ, ਤੇ ਰੋਡ ਤੇ ਰੋਕ ਕੇ ਦੋ ਮੁੰਡੇ ਆਉਂਦੇ ਆ ਤੇ ਉਹਨਾਂ ਨੂੰ ਰੋਕ ਕੇ ਪਹਿਲਾਂ ਬਹਿਸਬਾਜ਼ੀ ਹੁੰਦੀ, ਉਸ ਤੋਂ ਬਾਅਦ ਉਹਨਾਂ ਨੂੰ ਚਾਕੂਆਂ ਦੇ ਨਾਲ ਵਾਰ ਕਰਕੇ ਉੱਥੋਂ ਫਰਾਰ ਹੋ ਜਾਂਦੇ। ਹਾਲਾਂਕਿ ਉਹਨਾਂ ਦੀ ਅਨਫੋਰਚੁਨੇਟ ਮੌਤ ਹੋ ਚੁੱਕੀ ਹੈ। ਪਰਿਵਾਰਕ ਮੈਂਬਰ ਉੱਥੇ ਪਹੁੰਚੇ ਨੇ, ਜਸ਼ਮਦੀਦ ਵੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ। ਤੁਸੀਂ ਪਿੱਛੇ ਪਿੱਛੇ ਸੀ, ਹੋਇਆ ਕੀ? ਉਹਨਾਂ 7 ਵਜੇ ਜਦੋਂ ਡਿਊਟੀ ਤੋਂ ਆਇਆ, ਆਪਣੀ ਡਿਊਟੀ ਤੇ ਜਾ ਰਹੇ ਤੇ ਜੀ, ਤੇ ਉਹਨਾਂ ਨੇ ਪਿੰਡ ਦੀ ਲੇਡੀਜ਼ ਨੂੰ ਲਿਫਟ ਦਿੱਤੀ ਆ ਜੀ ਰਸਤੇ 'ਚੋਂ, ਉਹਨੂੰ ਲੈ ਕੇ ਆ ਰਹੇ ਤੇ, ਤੇ ਉਹ ਜਿਹੜੇ ਮੁੰਡੇ ਮਾਰਨ ਵਾਲੇ ਜੀ ਪਹਿਲਾਂ ਹੀ ਖੜੇ ਤੇ ਜਿੱਧਰ ਉਹ ਲੇਡੀਜ਼ ਰੋਕਣ ਵਾਸਤੇ, ਤੇ ਉਹ ਆਣ ਕੇ ਉਸ ਦਿਨ ਲੇਡੀਜ਼ ਮੇਰੇ ਚਾਚੇ ਨਾਲ ਆ ਰਹੇ ਤੇ ਜੀ ਰਸਤੇ 'ਚ, ਲਿਫਟ ਲੈ ਕੇ ਆਈ ਰੋਡ ਤੇ, ਤੋ ਉਹਨੇ ਰਸਤੇ 'ਚ ਆਣ ਕੇ ਨਾ ਮੁੰਡਿਆਂ ਰੋਕਿਆ ਜੀ ਮੋਟਰਸਾਈਕਲ, ਲੇਡੀਜ਼ ਨਾਲ ਹੱਥਾਪਾਈ ਕੀਤੀ ਪਹਿਲਾਂ ਉਹਨੂੰ ਮੁੰਡਿਆਂ, ਲੇਡੀ ਦੇ ਨਾਲ, ਹਾਂਜੀ, ਕਿਉਂਕਿ ਗਲਤ ਰਿਲੇਸ਼ਨ ਸੀ ਜੀ ਉਹ ਕੁੜੀ ਉਹਨਾਂ ਮੁੰਡਿਆਂ ਨਾਲ ਜੀ। ਤੇ ਉਹ ਜਦ ਰੋਕਿਆ ਨਾ ਜੀ ਉਹਨਾਂ ਨੇ, ਤੋ ਚਾਚਾ ਜੀ ਨੇ ਮੇਰੇ ਪੁੱਛਿਆ ਮੇਰੇ ਪਿੰਡ ਦੀ ਲੇਡੀ ਸਾਹਿਬ ਵੀ ਥਵੇਂ ਕਿੱਦਾਂ ਉਹ ਕਰ ਰਿਹਾ ਹੱਥਾਪਾਈ ਕਰ ਰਿਹਾ ਇਹਦੇ ਨਾਲ, ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੁੰਡਿਆਂ ਨੂੰ ਚੱਕੂ ਮਾਰਿਆ ਜੀ ਉਹਦੇ। ਕਿੱਥੇ ਮਾਰਿਆ? ਦਿਲ 'ਚ ਮਾਰਿਆ ਛਾਤੀ। ਕਿੰਨੇ ਵਾਰ ਕੀਤੇ? ਇੱਕ ਵਾਰ ਕੀਤਾ ਉਸ ਟਾਈਮ, ਉੱਥੋਂ ਉੱਥੇ ਭੱਜ ਗਈ ਮੁੰਡੇ, ਭੱਜ ਗਈ ਸ਼ੋਰ। ਹਾਂਜੀ, ਤੁਸੀਂ ਬੇਟੇ ਹੋ, ਕਿੰਨੇ ਵਜੇ ਪਤਾ ਲੱਗਿਆ ਸੀ ਤੁਹਾਨੂੰ? 7 ਵਜੇ ਪਤਾ ਲੱਗਾ ਜੀ, ਫੋਨ ਆਇਆ ਤਾਂ ਸੀ ਲੇਡੀਜ਼ ਦਾ। ਅੱਛਾ, ਫੋਨ ਗਿਆ ਸੀ, ਕਿਹਦਾ ਗਿਆ ਸੀ? ਪੁਲਿਸ ਵਾਲਿਆਂ ਦਾ? ਆ ਭਾਬੀ ਗਿਆ ਤਾਂ, ਜਿਹਨੂੰ ਪਿੱਛੇ ਬੈਠੇ ਸੀ। ਪਿੱਛੇ ਬੈਠੇ ਕੀ ਦੱਸਿਆ ਉਹਨੇ? ਲੇਡੀ ਦੇ ਨਾਲ ਕੋਈ ਖੁੰਦਕ ਸੀ ਉਹਨਾਂ ਦੀ ਜਿਹਨਾਂ ਨੇ ਵਾਰ ਕੀਤਾ ਜਾਂ ਜਿਹੜੇ ਇਹਨਾਂ ਨੂੰ ਕਿਉਂ ਮਾਰਿਆ? ਉਹਨੂੰ ਰੋਕਦੇ ਹੋਣੇ ਜੀ, ਉਹ ਰੋਕਦੇ ਹੋਣੇ ਜੀ ਵੀ ਤੂੰ ਇਹਨਾਂ ਦੇ ਪਿੱਛੇ ਬਹਿ ਕੇ ਕਿਉਂ ਆਈ ਹੈ, ਇਹ ਚੱਕਰ ਹੈ ਜੀ, ਇਹਨਾਂ ਦੇ ਨਾਲ ਬੈਠ ਕੇ ਕਿਉਂ ਆਈ ਹੈ ਤੂੰ, ਇਸ ਕਰਕੇ ਹੋਈ ਹੈ ਇਹ ਗੱਲਬਾਤ ਜੀ। ਜੋ ਵੀ ਹੋਣੀ, ਪੁਲਿਸ ਮੌਕੇ ਤੇ ਪਹੁੰਚ ਗਈ? ਪੁਲਿਸ ਮੌਕੇ ਤੇ ਪਹੁੰਚੀ ਹੈ ਜੀ, ਪੁਲਿਸ ਨੇ ਕਾਰਵਾਈ ਕਰ ਲਈ, ਐਸੀ ਕੋਈ ਗੱਲ ਨਹੀਂ। ਲੇਡੀ ਦਾ ਇਹਦਾ ਰੋਲ ਆ ਰਿਹਾ ਸਾਹਮਣੇ ਕਿ ਲੇਡੀ ਵੀ? ਹਾਂਜੀ ਹਾਂਜੀ, ਸਭ ਤੋਂ ਵੱਡਾ ਰੋਲ ਹੈ ਜੀ ਇਸ ਲੇਡੀਜ ਕਰਕੇ, ਇਸਕੇ ਘਰ ਵਾਲਾ ਤਕਰੀਬਨ 1 ਸਾਲ ਹੋ ਗਏ ਜੀ ਬਾਹਰ ਹੈ, ਉਹ ਘਰੇ ਨਹੀਂ ਵੜਦਾ ਵਿਚਾਰਾ, ਇਸੀ ਸਰ ਇਹ ਲੇਡੀਜ ਗਲਤ ਹੈ। ਹਾਂਜੀ ਹਾਂਜੀ, ਹੁਣ ਤੁਸੀਂ ਸਾਰੇ ਇਕੱਠੇ ਹੋਏ ਹੋ, ਕਿਉਂ ਚਾਹੁੰਦੇ ਹੋ? ਤੁਸੀਂ ਨਾਲ ਹੀ ਸੀਗੇ, ਪਿੱਛੇ ਪਿੱਛੇ ਸੀਗੇ ਤੁਸੀਂ? ਫਿਰ ਹਾਸਪਿਟਲ ਪਹੁੰਚਾਇਆ? ਹਾਸਪਿਟਲ ਦੂਜੇ ਬੰਦੇ ਲੈ ਗਏ, ਮੇਰੇ ਤੋਂ ਪਹਿਲੇ ਲੈ ਕੇ ਚਲੇ ਗਏ, ਜਦ ਮੈਂ ਦੇਖਿਆ ਨਾ ਜੀ ਉਹਨਾਂ ਨੂੰ ਲੈ ਕੇ ਗਏ ਉਹ, ਤਾਂ ਮੈਂ ਗੇਨ ਨਾਲ ਨਾਲ ਗਿਆ ਉਹਨਾਂ ਦੇ ਟੈਂਪੂ ਦੀ ਪਹਿਚਾਣ ਹੋ ਗਈ ਸੀ ਉਹਨਾਂ ਦੇ ਨਾਲ? ਪਹਿਚਾਣ ਹੋ ਗਈ, ਹਾਂਜੀ ਪਹਿਚਾਣ ਹੋ ਗਈ ਜੀ। ਸੀਗਾ ਉਹਨਾਂ ਦੇ ਹੱਥ 'ਚ ਚਾਕੂ? ਚਾਕੂ ਤਾਂ ਜੀ ਉਹਨਾਂ ਨੇ ਮੂੰਹ ਬੰਦੇ ਵਿੱਚ ਦੋਨਾਂ ਨੇ, ਹਾਂਜੀ, ਵੈਸੇ ਚੰਗੀ ਤਰ੍ਹਾਂ ਜਾਣੂ ਜੀ ਮੈਂ ਉਹਨਾਂ ਦਾ, ਸੰਗੋਲੀ ਪਿੰਡ ਗਏ ਜੀ, ਨੇੜੇ ਦੇੜੇ ਦੇ ਪਿੰਡ, ਹਾਂਜੀ ਸੰਗੋਲੀ ਪਿੰਡ ਦੇ ਆ ਜੀ, ਹਾਂਜੀ। ਪਰਵਿੰਦਰ ਕੁਮਾਰ ਨਾਮ ਹੈ ਜੀ ਉਹਦਾ, ਸਨ ਆਫ ਗੁੱਡੂ ਸਿੰਘ ਜੀ, ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਈ ਚੀਜ਼ਾਂ ਨੂੰ ਲੈ ਕੇ, ਕਿਉਂਕਿ ਜਿਹੜਾ ਇਹਨਾਂ ਨੇ ਇਲਜ਼ਾਮ ਲਾਇਆ ਕਿ ਹੁਣ ਲੇਡੀਜ਼ ਦੇ ਨਾਲ ਕੋਈ ਰਿਲੇਸ਼ਨ ਸੀਗੇ, ਕਿਉਂ ਗੱਡੀ 'ਚ ਬਾਈਕ 'ਤੇ ਬਿਠਾ ਕੇ ਲੈ ਗਏ, ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਜਲਦੀ ਗ੍ਰਿਫਤਾਰੀ ਦੀ ਵੀ ਜਿਹੜੀ ਗੱਲ ਕੀਤੀ ਜਾ ਰਹੀ ਹੈ। ਲੇਕਿਨ ਪਰਿਵਾਰਕ ਜ਼ਰੂਰ ਇੱਥੇ ਜਿਹੜਾ ਨਾਰਾਜ਼ਗੀ ਦਿਖਾਈ ਦੇ ਰਹੀ ਹੈ ਕਿ ਲੇਡੀ 'ਤੇ ਵੀ ਮਾਮਲਾ ਦਰਜ ਕੀਤਾ ਜਾਵੇ, ਹਾਲਾਂਕਿ ਪੁਲਿਸ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ।